ਕਿਰਾਏਦਾਰਾਂ ਨੇ ਬੀਬੇ ਠੱਗ ਲਈ ਹੈ। ਗੋਡੇ ਠੀਕ ਕਰਵਾਉਣ ਲਈ ਇਸਨੇ ਪੈਸੇ ਜੋੜੇ ਸੀ। ਕਿਰਾਏਦਾਰ ਨੇ ਅਕਾਊਂਟ ਕਰਤਾ ਪੂਰਾ ਖਾਲੀ। ਸਮਾਂ ਦੇਖਣ ਦੇ ਬਹਾਨੇ ਕਿਰਾਏਦਾਰ ਨੇ ਬੇਬੇ ਤੋਂ ਮੰਗਿਆ ਸੀ ਫੋਨ। ਜਦੋਂ ਪੈਸੇ ਕੱਢਣੇ ਸੀ ਉਸ ਸਮੇਂ ਫੋਨ 'ਚੋਂ ਕੱਢਤੀ ਸਿਮ ਤਾਂ ਕਿ ਨਾ ਆਵੇ ਬੇਬੇ ਨੂੰ ਮੈਸੇਜ। ਦੋ ਦਿਨਾਂ ਬਾਅਦ ਪੈਨਸ਼ਨ ਦਾ ਮੈਸੇਜ ਆਇਆ ਤਾਂ ਪਤਾ ਲੱਗਿਆ ਬੇਬੇ ਨੂੰ, ਜਿਸ ਤੋਂ ਬਾਅਦ ਕਿਰਾਏਦਾਰ ਮਾਂ ਪੁੱਤ ਦੋਨੇ ਹੋਏ ਫਰਾਰ। ਮੇਰਾ ਨਾਮ ਸ਼ਾਂਤੀ ਦੇਵੀ, ਅਸੀਂ ਜਲਾਲਾਬਾਦ ਰਹਿੰਦੇ ਹਾਂ, 4 ਨੰਬਰ ਗਲੀ ਇੰਦਰ ਨਗਰੀ, 1873 ਮੇਰੇ ਮਕਾਨ ਦਾ ਨੰਬਰ। ਠੱਗੀ ਇਹ ਹੋਈ ਵੀ ਅਸੀਂ ਕਿਰਾਏਦਾਰ ਬਿਠਾਏ ਸਨ, ਉਹ ਮਾਂ ਬੇਟਾ ਹੈਗਾ ਸੀ ਦੋਨੇ। ਇੱਕ ਦਿਨ ਕਹਿੰਦਾ ਅਜੇ ਮਹੀਨੇ ਦੋ ਹੀ ਹੋਏ ਸੀ ਉਹਨਾਂ ਰਹਿੰਦਿਆਂ ਨੂੰ, ਮੈਨੂੰ ਕਹਿੰਦਾ ਮਾਤਾ ਜੀ ਮੈਨੂੰ ਆਪਣਾ ਫੋਨ ਦੇ ਦਿਓ, ਮੈਂ ਕਿਸੇ ਨਾਲ ਗੱਲ ਕਰਨੀ ਹੈ। ਅਤੇ ਮੈਂ ਦੇ ਦਿੱਤਾ। ਫਿਰ ਦੂਜੇ ਦਿਨ ਫਿਰ ਆਇਆ, ਕਹਿੰਦਾ ਮਾਤਾ ਜੀ ਤੁਸੀਂ ਫੋਨ ਦੇ ਦਿਓ। ਮੈਂ ਕਿਹਾ ਬੇਟੇ ਤੁਹਾਡਾ ਆਪਣਾ ਫੋਨ ਹੈਗਾ ਅਤੇ ਤੁਸੀਂ ਆਪਣੇ 'ਤੇ ਕਰੋ, ਮੰਮੀ ਦਾ ਹੈਗਾ ਉਹਦੇ 'ਤੇ ਕਰ ਲਓ। ਕਹਿੰਦਾ ਨਹੀਂ ਉਹ ਮੇਰਾ ਫੋਨ ਨਹੀਂ ਚੱਕਦੇ, ਮੈਂ ਉਹਨਾਂ ਕੋਲ ਪੈਸੇ ਲੈਣੇ ਨੇ, ਤੁਹਾਡਾ ਫੋਨ ਚੱਕ ਲੈਣਗੇ ਮੈਨੂੰ ਪੈਸੇ ਮਿਲ ਜਾਣਗੇ। ਇੰਨੀ ਗੱਲ ਹੋ ਗਈ। 2-4 ਦਿਨ ਇਵੇਂ ਉਹ ਕਰਦਾ ਹੀ ਰਿਹਾ। ਇੱਕ ਦਿਨ ਇੱਥੇ ਅਸੀਂ ਹਮਨ ਕਰ ਰਹੇ ਸੀ ਹੁਣ ਨਰਾਤਿਆਂ ਦਾ, ਅਤੇ ਕਹਿਣ ਲੱਗਾ ਮਾਤਾ ਫੋਨ ਦੇ ਦੇ। ਅਤੇ ਸਾਡਾ ਰਿਸ਼ਤੇਦਾਰ ਕਹਿਣ ਲੱਗਾ ਤੁਸੀਂ ਮਾਤਾ ਕਿਉਂ ਫੋਨ ਦਿੰਦੇ, ਜੇ ਫੋਨ ਨਾ ਤੁਸੀਂ ਦਿਆ ਕਰੋ। ਮੈਂ ਮਨਾ ਕਰ ਦਿੱਤਾ, ਮੈਂ ਫੋਨ ਨਹੀਂ ਦਿੱਤਾ। ਦੂਜੇ ਦਿਨ ਨਾ ਉਹਨੇ ਚੋਰੀ ਫਿਰ ਚੱਕ ਲਿਆ। ਮੈਂ ਇੱਥੇ ਸੀ, ਉੱਥੇ ਬਾਹਰ ਅੰਦਰ ਫੋਨ ਪਿਆ ਸੀ ਫਰਿੱਜ ਉੱਤੇ, ਉਹਨੇ ਚੱਕ ਲਿਆ ਫੋਨ, ਚੱਕ ਕੇ ਅਤੇ ਉੱਪਰ ਲੈ ਗਿਆ। ਉੱਪਰ ਲਿਜਾ ਕੇ ਅਤੇ ਫਿਰ ਉਹ ਰੱਖ ਗਿਆ, ਮੈਨੂੰ ਨਹੀਂ ਪਤਾ ਲੱਗਿਆ। ਦੂਜੇ ਦਿਨ ਫਿਰ ਉਹ ਚੱਕ ਕੇ ਲੈ ਗਿਆ। ਜਦੋਂ ਲਿਆ ਤਾਂ ਉਹਨੇ ਸਿਮ ਉਹਨੇ ਕੱਢ ਲਈ, ਸਿਮ ਕੱਢ ਕੇ ਅਤੇ ਉਹ ਫਿਰ ਰੱਖ ਗਿਆ। ਸਿਮ ਬਦਲ ਕੇ ਪਹਿਲਾਂ ਰੱਖ ਗਿਆ ਸੀ, ਫਿਰ ਉਹ ਸਿਮ ਕੱਢ ਲਿਆ ਜਦੋਂ ਮੈਂ 2 ਦਿਨ ਨਹੀਂ ਦਿੱਤਾ, ਫਿਰ ਸਿਮ ਕੱਢ ਕੇ ਅਤੇ ਉਹ ਫੋਨ ਰੱਖ ਗਿਆ ਖਾਲੀ। ਮੈਂ ਜਾਣਾ ਸੀ ਗੋਡੇ ਮੈਂ ਵਿਖਾਉਣ ਵਾਸਤੇ, ਓਪਰੇਸ਼ਨ ਕਰਾਉਣਾ ਸੀ ਸੋਮਵਾਰ, ਅਤੇ ਮੈਂ ਕਿਹਾ ਬੇਟੇ ਮੈਂ ਜਾਣਾ ਅਤੇ ਤੁਸੀਂ ਬਈ ਡਾਕਟਰ ਨੂੰ ਫੋਨ ਕਰੋ ਅਤੇ ਮੈਂ ਉੱਥੇ ਆਵਾਂ, ਅੱਜ ਆਵਾਂ, ਕਿੰਨੇ ਟਾਈਮ 'ਤੇ ਆਵਾਂ। ਅਤੇ ਉਹ ਕਹਿਣ ਲੱਗਿਆ ਵੀ ਤੁਸੀਂ ਇੱਥੇ 10 ਵਜੇ ਆ ਜਾਣਾ। ਚਲੋ ਇੰਨੀ ਗੱਲ ਹੋਈ ਤਾਂ ਮੈਂ ਇਹਨੂੰ ਕਿਹਾ, ਮੈਂ ਕਿਹਾ ਤੁਸੀਂ ਮੇਰਾ ਫੋਨ ਇੱਕ ਮੰਮੀ, ਤੁਹਾਡਾ ਤਾਂ ਫੋਨ ਹੀ ਨਹੀਂ ਚੱਲਦਾ, ਮੈਂ ਕੀ ਹੋਇਆ? ਕਹਿੰਦੀ ਪਤਾ ਨਹੀਂ। ਮੈਂ ਕਿਹਾ ਚੱਲ ਇਹ ਫੋਨ ਰੱਖ ਚਾ, ਤੂੰ ਇਹਦੀ ਗਾਬੇ ਦੀ ਵਹੁਟੀ ਨੂੰ ਕਹਵੀਂ ਵੀ ਉਹ ਫੋਨ ਵੇਖ ਕੇ ਤੇ ਤੈਨੂੰ ਠੀਕ ਕਰ ਦੇ, ਕਿਸੇ ਮੈਂ ਹਿੱਲ ਗਈ ਹੋਣੀ। ਚਲੋ ਜੀ ਮੈਂ ਚਲੀ ਗਈ, ਮੈਂ ਗੁੱਡੀ ਦੇ ਫੋਨ ਤੋਂ ਫੋਨ ਕਰਾ ਲਿਆ। ਅਤੇ ਜਦੋਂ ਉਹ ਗਈ ਨਾ ਮੈਂ ਉੱਥੇ, ਅਤੇ ਮੈਂ ਵਾਪਸ ਆਈ ਅਤੇ ਇਹ ਗੁੱਡੀ ਦਾ ਚਿਹਰਾ ਉੱਡਿਆ। ਕਹਿੰਦੀ ਮੰਮਾ ਤੁਸੀਂ ਇੱਕ ਪੈਸੇ ਬੈਂਕ ਵਿੱਚੋਂ ਲੈ ਕੇ ਆਏ। ਮੈਂ ਕਿਹਾ ਨਹੀਂ ਮੈਂ ਤਾਂ ਗਈ ਨਹੀਂ ਬੈਂਕ, ਗਈ ਮੇਰਾ ਟਾਈਮ ਹੀ ਨਹੀਂ ਮਿਲਿਆ, ਮੈਂ ਬੈਂਕ ਨਹੀਂ ਗਈ। ਚਲੋ ਅਸੀਂ ਘਰ ਆਏ ਅਤੇ ਇਹ ਕਹਿੰਦੀ ਆ ਵੇਖ ਤੁਸੀਂ 2000 ਕਢਾਇਆ ਵਿੱਚੋਂ ਕਿ ਆਇਆ ਫਿਰ ਨੰਬਰ। ਜਦੋਂ ਵੇਖਿਆ ਤਾਂ ਉਹ 2000 ਕਿ ਅਗਾਂ ਦੀ ਅਗਾਂ ਉਹ ਤਾਂ ਜ਼ਿਆਦਾ ਹੀ ਪੈਸੇ ਨਿਕਲੇ ਹੋਏ ਸੀ। ਫਿਰ ਮੈਂ ਤਾਂ ਹੈਰਾਨ ਹੋ ਗਈ ਵੀ ਮੈਂ ਪੈਸੇ ਨਹੀਂ ਕੱਢੇ, ਮੇਰੇ ਪੈਸੇ ਕਿੱਥੇ ਗਏ? ਇਹ ਵੀ ਕੁੜੀ ਵੀ ਰੋਣ ਲੱਗ ਪਈ। ਮੈਂ ਕਿਹਾ ਤੂੰ ਰੋਣ ਨਾ, ਮੈਂ ਤੇਰੇ ਚਾਚੇ ਨੂੰ ਕਹਿੰਦੀ ਤੂੰ ਜਾ ਉਹਦੇ ਨਾਲ ਅਤੇ ਬੈਂਕ ਵਿੱਚ ਪਤਾ ਕਰ ਰਿਹਾ। ਜਦੋਂ ਉਹ ਆਇਆ ਪੂਰਨ ਚੰਦ ਉਹਦੇ ਨਾਲ ਮੇਰੀ ਗੁੱਡੀਆ ਗਈ। ਜਦੋਂ ਗਈ ਤਾਂ ਬੈਂਕ ਵਾਲੇ ਕਹਿਣ ਲੱਗੇ ਬਈ ਤੁਹਾਡੇ ਪੈਸੇ ਅਸੀਂ ਦੇਖ ਦਿੰਦੇ ਹਾਂ। ਦੇਖਿਆ ਤਾਂ ਵਿੱਚ ਬਹੁਤ ਪੈਸੇ ਨਿਕਲੇ ਹੋਏ ਸੀ, 1,67,000 ਨਿਕਲ ਗਿਆ। ਅਤੇ ਉਹ ਫਿਰ ਉੱਥੇ ਸਾਨੂੰ ਪਤਾ ਲੱਗਾ, ਉਹ ਡੇਟਾਂ ਕਢਾਈਆਂ ਸਾਰੀਆਂ ਤਰੀਕਾਂ ਉਹ ਇਹ ਲੈ ਕੇ ਆਏ। ਅਤੇ ਫਿਰ ਘਰੇ ਸਾਡੇ ਰੋਲਾ ਰੱਪਾ ਪੈ ਗਿਆ ਵੀ ਇਹ ਕੀ ਬਣਿਆ? ਮੈਂ ਤਾਂ ਗੋਡਿਆਂ ਵਾਸਤੇ ਪੈਸੇ ਜੋੜੇ ਸੀ, ਮੈਂ ਗੋਡੇ ਪਾਉਣੇ ਸੀ, ਅਤੇ ਇਹਨੇ ਕੀ ਕੀਤਾ? ਪਤਾ ਲੱਗਾ ਵੀ ਇਸ ਮੁੰਡੇ ਨੇ ਕੱਢ ਲਏ। ਉਹਦੇ ਪਿੱਛੇ ਫਰਾਰ ਹੋ ਗਏ, ਮੁੜ ਕੇ ਘਰੇ ਨਹੀਂ। 8600 ਬੱਚਿਆ ਅਕਾਊਂਟ ਵਿੱਚ ਅਤੇ ਬਾਕੀ ਸਾਰੇ ਕਢਾ ਲੱਗਿਆ। ਪਰ ਜਾ ਕੇ ਮਾਂ ਦੇ ਕੋਲ ਕਰਦਾ ਸੀ, ਮਾਂ ਬੇਟਿਆਂ ਦੀ ਰਲੀ ਪਗਤੇ, ਮਾਂ ਨੂੰ ਪਤਾ ਇੱਕ ਸਾਰਾ। ਜਦੋਂ ਸਿਮ ਸਾਡੀ ਲੈ ਗਿਆ ਨਾ ਤੇ ਗੁੱਡੀ ਨੂੰ ਪੁੱਛਿਆ, ਕਹਿੰਦੇ ਉਹ ਗਲਤੀ ਨਾਲ ਲੈ ਸਿਮ, ਮੇਰਾ ਬੇਟਾ ਕੱਢ ਲੱਗਿਆ ਹੋਣਾ, ਤੇ ਫਿਰ ਤੂੰ ਫੋਨ ਕਰ ਤੇ ਦੇ ਜਾਏਗਾ।
ਤੇ ਫਿਰ ਇਹ ਕਹਿੰਦੀ ਤੁਸੀਂ ਕਰ ਲਓ ਫੋਨ, ਤੇ ਉਹਨੇ ਫੋਨ ਕੀਤਾ ਕਹਿੰਦੇ ਬੇਟੇ ਤੂੰ ਮਾਤਾ ਦਾ ਫੋਨ ਕਰ ਜਾ ਸਿਮ ਵਿੱਚ, ਤੇ ਮਾਤਾ ਨੇ ਨਾ ਆਪਰੇਸ਼ਨ ਕਰਾਉਣਾ ਤੇ ਉਹਨੇ ਫੋਨ ਫਾਨ ਕਰਨਾ, ਤੂੰ ਉਹਨੇ ਸਿਮ ਦੇ ਕੇ ਜਾ। ਫਿਰ ਉਹ ਆਇਆ ਤੇ ਉਹਨੇ ਸਿਮ ਵਿੱਚ ਪਾਈ ਤੇ ਫਿਰ ਫੋਨ ਸਾਡਾ ਚੱਲਿਆ ਤੇ ਫਿਰ ਨੰਬਰ ਦਾ ਪਤਾ ਲੱਗਿਆ ਵੀ ਇਹਦੇ ਵਿੱਚ ਪੈਸੇ ਨਿਕਲੇ ਹੋਏ ਨੇ। ਅਸੀਂ ਪੁਲਿਸ ਨੂੰ ਦੇ ਕੇ ਆਏ ਹਾਂ, ਐਪਲੀਕੇਸ਼ਨ ਲਿਖ ਕੇ ਮੈਂ ਸਾਈਨ ਵੀ ਕਰਕੇ ਦੇ ਆਈ ਹਾਂ ਵੀ ਉਹਨੇ ਸਾਡੇ ਨਾਲ ਇੰਨੀ ਮਾੜੀ ਕੀਤੀ, ਸਾਰੇ ਪੈਸੇ ਕਢਾ ਲਏ। ਅਸੀਂ ਮੰਗ ਕਰਨੇ ਸਾਨੂੰ ਸਾਡੇ ਪੈਸੇ ਮਿਲ ਜਾਣ, ਹੋਰ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ। ਸੁਨੀਤਾ ਹੈ ਜੀ, ਜੀ ਮੈਨੂੰ ਕੋਈ ਪਤਾ ਨਹੀਂ ਇਸ ਚੀਜ਼ ਦਾ। ਮੈਂ ਫੋਨ ਕਰਿਆ ਰਾਤੀ, ਮੈਂ ਫੋਨ ਕਰਦੀ ਰਹੀ ਹਾਂ ਅਤੇ ਫੋਨ 'ਤੇ ਮੇਰੇ ਕੋਲ ਕਹਿੰਦਾ ਕਿ ਹੁਣੇ ਆਈ ਜਾਣਾ, ਹੁਣੇ ਆਈ ਜਾਣਾ। ਸਵੇਰੇ ਮੈਂ ਸਾਰਿਆਂ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਆਖਿਆ ਮੈਨੂੰ ਗੇਟ ਨਹੀਂ ਖੋਲਿਆ ਮਾਲਕ ਮਕਾਨਾਂ ਨੇ ਮੇਰਾ, ਉਹ ਕਹਿੰਦੇ ਤੁਹਾਡੇ ਰਿਸ਼ਤੇਦਾਰ ਆਉਣਗੇ ਫਿਰ ਮੈਂ ਗੇਟ ਖੋਲਾਂਗਾ ਸੀ। ਠੀਕ ਹੈ, ਉਸ ਤਰ੍ਹਾਂ ਮੈਂ ਮੁੰਡੇ ਨੂੰ ਫੋਨ ਲਾ ਕੇ ਪੁੱਛਦੀ ਰਹੀ ਹਾਂ ਬੇਟੇ ਵੀ ਤੁਸੀਂ ਆਏ ਨਹੀਂ, ਉਹ ਕਹਿੰਦਾ ਮੈਂ ਹੁਣੇ ਆਈ ਜਾਂਦਾ। ਫਿਰ ਕਹਿੰਦਾ ਮੈਂ ਦੁਕਾਨ 'ਤੇ ਚਲਾ ਗਿਆ। ਠੀਕ ਹੈ, ਅਤੇ ਮੇਰੇ ਕੋਲ ਦੁਕਾਨ ਉੱਥੇ ਦੁਕਾਨ 'ਤੇ ਵੀ ਨਹੀਂ ਪਹੁੰਚੇ ਜੀ, ਦੁਕਾਨ 'ਤੇ ਮੇਰੇ ਕੋਲ ਨਹੀਂ ਪਹੁੰਚੇ ਉਹਨਾਂ ਕੋਲੋਂ। ਮੈਂ ਆਪਣੇ ਅਸੀਂ ਪਰੋਨੇ ਨੂੰ ਫੋਨ ਕੀਤਾ, ਇਹ ਦੁਕਾਨ 'ਤੇ ਪਹੁੰਚੇ ਨੇ, ਦੁਕਾਨ 'ਤੇ ਕੋਈ ਗੱਲ ਨਹੀਂ ਹੋਈ। ਫਿਰ ਮੈਂ ਇਹਨਾਂ ਨਾਲ ਫੋਨ 'ਤੇ ਘਰੇ ਆਏ ਨੇ, ਮੈਂ ਘਰੇ ਇਹਨਾਂ ਨਾਲ ਗੱਲ ਕਰੀਏ ਵੀ ਬੇਟਾ ਕਿੱਥੇ ਹੋਏ, ਕਹਿੰਦੇ ਅਸੀਂ ਥੱਲੇ ਬੈਠੇ ਹਾਂ। ਠੀਕ ਹੈ, ਮਾਤਾ ਰਾਣੀ ਕਿਹਾ ਉਹਨਾਂ ਦੀ ਥੱਲੇ, ਉਹਨਾਂ ਕਿਹਾ ਵੀ ਕੁੰਡੀ ਤਾਂ ਖੁੱਲੇਗੀ ਜਦੋਂ ਤੁਹਾਡੇ ਰਿਸ਼ਤੇਦਾਰ ਆਉਣਗੇ। ਮੈਨੂੰ ਉੱਤੋਂ ਹੀ ਉਹਨਾਂ ਨੇ, ਮੈਂ ਤਾਂ ਦੱਸਾਂ, ਉਹ ਤਾਂ ਕੁੰਡੀ ਬੰਦ ਕਰਦੀ, ਮੈਂ ਨਾਤੀਆਂ ਲਾ ਕੇ ਧੂਪ ਬੱਤੀ ਲਾਈਏ। ਵੇਖੋ ਜੀ, ਮੈਂ ਰੋਜ਼ ਜਾਂਦੀ ਸ਼ਵਾਲੇ ਜਲ ਚੜਾਉਣ ਵਾਸਤੇ, ਅੱਜ ਮੇਰੇ ਘਰ ਮਾਰੇ ਨੇ ਜਿਹੜੇ ਮਿਸ਼ਵਾਲੇ ਨਹੀਂ ਗਏ, ਮੈਨੂੰ ਇਸ ਤੋਂ ਮਾਫ਼ੀ ਦਿੱਤੀ ਜਾਵੇ। ਮੈਨੇ ਬੇਟਾ ਜੀ ਮੇਰੀ ਗੱਲ ਸੁਣੋ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ, ਸਿਮ ਦਾ ਮੈਨੂੰ ਕੋਈ ਪਤਾ ਨਹੀਂ, ਮੈਨੂੰ ਇਸ ਚੀਜ਼ ਦਾ ਹੈਗਾ ਹੈ ਕਿ ਮੇਰੀ ਗੱਲ ਸੁਣੋ। ਮੈਂ ਜਦੋਂ ਫੋਨ ਲੈ ਕੇ ਗਈ ਹੈ ਮੇਰੇ ਕੋਲੋਂ, ਜਦੋਂ ਜਿਸ ਟਾਈਮ ਮੈਂ ਤੁਹਾਨੂੰ ਦੱਸਾਂ ਇੰਨੀ ਗੱਲ ਉਹਨਾਂ ਨੂੰ ਕਰੀ ਹੈ ਕਿ ਆਹ ਫੋਨ ਮੇਰੇ ਕੋਲ, ਫੋਨ ਨੰਬਰ ਹੈਗਾ ਹੈ, ਤੁਸੀਂ ਫੋਨ ਕਰਕੇ ਪੁੱਛੋ, ਮੇਰਾ ਫੋਨ ਵੀ ਤੁਹਾਨੂੰ ਨਹੀਂ ਮਿਲ ਰਿਹਾ। ਆਹ ਬੇਟੇ ਮੇਰਾ ਫੋਨ ਹੈਗਾ, ਮੇਰੇ ਕੋਲ ਮੈਂ ਤੁਹਾਨੂੰ ਦੱਸਾਂ ਫੋਨ ਨਹੀਂ ਸੀ, ਮੇਰੀ ਭਾਬੀ ਨੇ ਮੈਨੂੰ ਫੋਨ ਦਿੱਤਾ ਹੋਇਆ, ਮੇਰੇ ਕੋਲ ਆਪਦਾ ਪੁੱਤ ਫੋਨ ਵੀ ਨਹੀਂ ਹੈਗਾ। ਠੀਕ ਹੈ, ਮੈਂ ਆਖਾਂ ਵੀ ਕਿਵੇਂ ਲੱਗਦਾ ਇਸ ਫੋਨ 'ਚ ਸਿਮ ਤਾਂ ਨਹੀਂ ਪਾ ਕੇ ਲੈ ਕੇ ਮਾੜੀ, ਤੁਸੀਂ ਗੱਲ ਕਰੋ। ਉਹ ਫੋਨ 'ਤੇ ਮੈਂ ਗੱਲ ਕਰੀ, ਮੈਂ ਕਿਹਾ ਪੁੱਤਰ ਜੀ ਤੁਸੀਂ ਸਿਮ 'ਤੇ ਮਾੜੀ ਜੀ ਗੱਲ ਕਰੋ, ਇਹਨਾਂ ਨੇ ਸਿਮ 'ਤੇ ਗੱਲ ਕਰੀਏ। ਅਤੇ ਮੈਂ ਕੀਤਾ, ਮੈਂ ਕਿਹਾ ਹਾਂ ਬੇਟੇ ਕਿੱਥੇ, ਕਹਿੰਦੇ ਹੁਣੇ ਸਿਮ ਦੇ ਜਾਣਾ। ਇਹ ਆ ਕੇ ਬੇਟਾ ਜੀ ਸਿਮ ਦੇ ਗਿਆ, ਇਹ ਨਹੀਂ ਮੈਨੂੰ ਪਤਾ ਜੀ, ਮੈਨੂੰ ਪੈਸਿਆਂ ਦਾ ਕੋਈ ਪਤਾ ਨਹੀਂ ਇਸ ਮਾਮਲੇ 'ਚ, ਮੈਨੂੰ ਨਹੀਂ ਪਤਾ ਜੀ ਪੈਸਿਆਂ ਦਾ, ਮੈਨੂੰ ਕੋਈ ਪਤਾ ਨਹੀਂ। ਵੀ ਮੈਂ ਤੁਹਾਨੂੰ ਦੱਸਾਂ, ਇਹਨਾਂ ਕੋਲ ਆਪਾਂ ਸੁਣੀ ਜਾਂਦੇ ਹਾਂ, ਜੋ ਸੁਣੀ ਜਾਂਦੇ ਹਾਂ, ਮੈਨੂੰ ਕੁਛ ਪਤਾ ਨਹੀਂ ਗਾ। ਜੇ ਹੋਵੇਗਾ ਤਾਂ ਜ਼ਰੂਰ ਕਰਾਂਗੇ ਜੀ, ਜੇ ਉਹਦੇ ਕੋਲ ਹੈ ਜ਼ਰੂਰ ਕਰਾਂਗੇ। ਠੀਕ ਹੈ, ਮੇਰਾ ਨਾਮ ਸੋਨੂ ਸ਼ਰਮਾ, ਮੈਂ ਲੁਧਿਆਣੇ ਤੋਂ ਆਈ ਹਾਂ, ਮੈਂ ਮਾਤਾ ਜੀ ਦੀ ਬੇਟੀ ਹਾਂ ਛੋਟੀ। ਕਿਸ ਤਰ੍ਹਾਂ ਕਰਾਂ, ਉਹਨਾਂ ਦਾ ਕਿਰਾਏਦਾਰ 2 ਮਹੀਨੇ ਪਹਿਲਾਂ ਇੱਥੇ ਆਇਆ ਸੀ, ਮੈਂ ਤਾਂ ਪਹਿਲੀ ਵਾਰੀ ਮਿਲੀ ਹਾਂ। ਫੋਨ ਮੰਮੀ ਦਾ ਮੰਗਦਾ ਸੀਗਾ, ਮੈਂ ਮੰਮੀ ਨੂੰ ਇੱਕ ਵਾਰੀ ਮਨ੍ਹਾ ਕੀਤਾ, ਮੰਮੀ ਇੱਦਾਂ ਫੋਨ ਨਹੀਂ ਦੇਈਦਾ। ਅਤੇ ਫੋਨ ਮੰਮੀ ਤੋਂ ਉਹਨਾਂ ਨੇ ਮੰਗਿਆ, ਮੰਮੀ ਕਹਿ ਰਹੇ ਮੈਂ ਡਾਕਟਰ 'ਤੇ ਜਾਣਾ, ਮੈਂ ਹੋਸਪਿਟਲ, ਮੈਂ ਡਾਕਟਰ ਨੂੰ ਫੋਨ ਕਰਨਾ ਅਤੇ ਮੈਂ ਫੋਨ ਨਹੀਂ ਦੇ ਸਕਦੀ। ਅਤੇ ਮੰਮੀ ਕਹਿੰਦੇ ਚਲੋ ਮੈਂ ਤਿਆਰ ਹੁੰਦੀ, ਚੇਂਜ ਕਰਨ ਲੱਗੀ ਅਤੇ ਫੋਨ ਫਰਿੱਜ 'ਤੇ ਰੱਖਿਆ, ਉਹ ਚੁੱਪ ਕਰਕੇ ਲੈ ਗਏ, ਸਾਨੂੰ ਪਤਾ ਨਹੀਂ ਲੱਗਿਆ। ਮੰਮੀ ਕਹਿੰਦੇ ਚਲ ਮੈਂ ਤਿਆਰ ਹੋ ਗਈ ਤੂੰ ਫੋਨ ਕਰ, ਡਾਕਟਰ ਨੂੰ ਫੋਨ ਲਗਾਉਣ ਲੱਗੀ, ਵਿੱਚ ਫੋਨ ਚੱਲਿਆ ਨਹੀਂ, ਸਾਨੂੰ ਸਮਝ ਨਹੀਂ ਆਇਆ ਵੀ ਕੀ ਦਿੱਕਤ, ਫੋਨ ਨਹੀਂ ਚੱਲ ਰਿਹਾ। ਫਿਰ ਫੋਨ ਬਾਅਦ 'ਚ ਕਿਸੇ ਨੇ ਦਿਖਾਇਆ, ਖੁਲਵਾਇਆ ਅਤੇ ਕਹਿ ਰਿਹਾ ਵੀ ਇਹਦੇ 'ਚ ਸਿਮ ਹੀ ਹੈ ਨਹੀਂ। ਉੱਪਰੋਂ ਮੁੰਡੇ ਦੀ ਮੰਮੀ ਕਹਿ ਰਹੀ ਮੇਰਾ ਮੁੰਡਾ ਸਿਮ ਲੈ ਗਿਆ ਮੇਰੇ ਕੋਲ ਨੰਬਰ ਪਰਚੀ 'ਤੇ, ਤੂੰ ਉਹਦੇ 'ਤੇ ਫੋਨ ਲਗਾ ਕੇ ਮੇਰੀ ਗੱਲ ਕਰਾ ਦੇ, ਫੋਨ 'ਤੇ ਸਿਮ ਦੇ ਜੂਗਾ। ਫਿਰ ਉਹਨਾਂ ਨੇ ਮੇਰੇ ਫੋਨ ਤੋਂ ਫੋਨ ਕਰਕੇ ਆਪਣੇ ਮੁੰਡੇ ਨੂੰ ਕਿਹਾ ਵੀ ਤੂੰ ਸਿਮ ਉਹਨੇ ਦੇ ਕੇ ਜਾ, ਵੀ ਬਹੁਤ ਜ਼ਰੂਰੀ, ਮਾਤਾ ਦੇ ਫੋਨ ਆ ਗਏ ਨੇ ਵੀ ਤੂੰ ਨਹੀਂ ਲਿਜਾਣੇ ਸੀ। ਉਹ ਆਪਣੀ ਮੰਮੀ ਦੇ ਕਹੇ 'ਤੇ ਫੋਨ ਦੀ ਸਿਮ 15-20 ਮਿੰਟ ਬਾਅਦ ਦੇ ਕੇ ਪਾ ਕੇ ਚਲਾ ਗਿਆ। ਉਸ ਤੋਂ ਬਾਅਦ ਫੋਨ ਮੰਮੀ ਆਏ ਨਹੀਂ ਸੀ, ਹੋਸਪਿਟਲ ਗਏ ਹੋਏ ਸੀ, ਫੋਨ 'ਚ ਮੈਸੇਜ ਆ ਰਹੇ ਸੀ 2-3 ਵਾਰੀ, ਅਤੇ ਮੈਂ ਕਿਹਾ ਪਤਾ ਨਹੀਂ ਕਿਉਂ ਆ ਰਹੇ ਨੇ। ਮੈਂ ਚੈੱਕ ਕੀਤਾ ਅਤੇ 2000 ਰੁਪਇਆ ਡੈਬਿਟ ਕਰਵਾਇਆ ਹੋਇਆ ਸੀਗਾ। ਮੰਮੀ ਜਦੋਂ ਹੋਸਪਿਟਲ ਤੋਂ ਆਏ ਨੇ ਚੈੱਕ ਕਰਵਾ ਕੇ 2:30 ਵਜੇ ਆਏ, ਅਤੇ ਮੈਂ ਕਿਹਾ ਮੰਮਾ ਤੁਸੀਂ ਪੈਸੇ ਕਢਵਾਏ ਪੈਨਸ਼ਨ ਲਈ? ਕਹਿੰਦੇ ਨਹੀਂ ਮੈਂ ਬੇਟਾ ਕਢਵਾਏ ਨਹੀਂ ਗਏ, ਮੈਂ ਬੈਂਕ ਗਈ ਜ਼ਰੂਰ ਸੀ, ਮੇਰਾ ਨੰਬਰ ਨਹੀਂ ਆਇਆ ਪੈਨਸ਼ਨ ਉੱਥੇ ਲੈਣ ਦਾ। ਮੈਂ ਕਿਹਾ ਤੁਹਾਡੇ ਪੈਸੇ ਕਢਾਏ ਹੋਏ ਨੇ? ਸਾਡੇ ਨਾਲ ਪੜੋਸੀ ਹੈ ਸ਼ਾਲੂ ਗਾਬਾ, ਉਹਨਾਂ ਨੂੰ ਮੈਂ ਦਿਖਾਇਆ, ਮੈਂ ਕਿਹਾ ਮੰਮਾ ਦੇ ਫੋਨ 'ਤੇ ਮੈਸੇਜ ਨੇ, ਚੈੱਕ ਕਰੋ ਵੀ ਪੈਸੇ ਕਢਵਾਏ ਨੇ। ਮੰਮੀ ਕਹਿ ਰਹੇ ਮੈਂ ਕਢਾਏ ਨਹੀਂ। ਉਹਨਾਂ ਨੇ ਕਿਹਾ ਵੀ ਕਿੰਨਾ ਬੈਂਕ ਕੋਈ ਹੈ ਤੁਹਾਡਾ ਉੱਥੇ ਅਕਾਊਂਟ ਹੈ? ਮਾਤਾ ਜੀ, ਮੰਮਾ ਕਹਿ ਰਹੇ ਮੈਨੂੰ ਪਤਾ ਨਹੀਂ। ਉਹਨਾਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਮੇਰਾ ਅਕਾਊਂਟ ਕਿਸ
ਇੱਕ ਲੱਖ 67,000 ਰੁਪਇਆ ਨਿਕਲ ਚੁੱਕਿਆ ਬੈਂਕ। ਫਿਰ ਮੈਂ ਸਟੇਟਮੈਂਟ ਕਢਵਾਉਣਗੀ ਆਪਣੇ ਚਾਚਾ ਜੀ ਨਾਲ, ਉਹਨਾਂ ਨੇ ਕਿਹਾ ਵੀ ਤੁਹਾਡੀ ਤਾਂ ਪੇਮੈਂਟ ਨਿਕਲ ਚੁੱਕੀ ਸਾਰੀ। ਇਹ 6 ਤਰੀਕ ਤੋਂ ਨਿਕਲ ਰਹੇ ਨੇ ਤੇ ਕੱਲ 48,000 ਐਂਡ ਵਾਰੀ ਨਿਕਲਿਆ। ਮੈਸੇਜ ਨਾ ਚੈੱਕ ਕਰਦੇ ਕੋਈ ਸਾਨੂੰ ਪਤਾ ਨਹੀਂ ਲੱਗਣਾ ਸੀਗਾ। ਮੰਮਾ ਪੜ੍ਹੇ ਨਹੀਂ, ਉਹ ਕੁਛ ਚੈੱਕ ਨਹੀਂ ਕਰਦੇ ਫੋਨ 'ਚ। ਇਨਸਾਫ਼ ਮਿਲੇ, ਮੁੰਡਾ ਪੇਸ਼ ਹੋਵੇ, ਸਾਡੀ ਪੇਮੈਂਟ ਸਾਨੂੰ ਦੇਵੇ, ਸਾਨੂੰ ਇਹ ਚਾਹੀਦਾ। ਮਿਹਨਤ ਦੇਖ ਲੈ।